ਕੌਣ ਕਹਿੰਦਾ ਇੰਡੀਆ ਦੇ ਨਾਂ ਦਾ ਡਾਂਕਾ ਨਹੀਂ ਵੱਜਦਾ ਯਾਰ? ਅਮਰੀਕਾ ਦੇ ਵਿੱਚ ਸੜਕਾਂ 'ਤੇ ਝੰਡੇ ਲਹਿਰਾਏ ਗਏ ਨੇ। 26 ਜਨਵਰੀ ਦਾ ਦਿਨ ਸੀ ਕਹਿੰਦੇ ਗਣਤੰਤਰ ਦਿਵਸ ਜਿੱਥੇ ਇੰਡੀਆ 'ਚ ਮਨਾਇਆ ਗਿਆ ਪੂਰੇ 'ਚ, ਇੱਥੇ ਵਿਦੇਸ਼ਾਂ 'ਚ ਵੀ ਮਨਾਇਆ ਜਾਂਦਾ। ਖੁਸ਼ੀ ਜਿਹੜੀ ਆ ਹੋਰਾਂ ਨਾਲ ਵੀ ਸਾਂਝੀ ਕਰ ਦਿਓ। ਪਹਿਲਾਂ ਤਾਂ ਇਹ ਮਾਣ ਵਾਲੀ ਗੱਲ ਆ ਯਾਰ, ਜਿਹੜੇ ਇੰਡੀਆ 'ਚ ਰਹਿੰਦੇ ਨੇ ਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ, ਸੜਕਾਂ 'ਤੇ ਝੰਡੇ ਲਹਿਰਾਏ ਜਾ ਰਹੇ ਆ, ਬੈਂਡ ਜਿਹੜਾ ਪੂਰਾ ਸੜਕਾਂ 'ਤੇ ਘੁੰਮ ਰਿਹਾ ਅਤੇ ਕਹਿੰਦੇ ਕੀ ਫਿਰਦੇ ਨੇ, ਆਈ ਲਵ ਮਾਈ ਇੰਡੀਆ। ਆ ਜਿਹੜੇ ਭਾਰਤੀ ਵੱਸਦੇ ਨੇ ਨਾ ਵਿਦੇਸ਼ਾਂ ਦੇ ਵਿੱਚ ਯਾਰ, ਧੂਮਾਂ ਹੀ ਪਾਉਂਦੇ ਨੇ, ਤੱਕ ਪਾਉਂਦੇ ਨੇ, ਅਤੇ ਇੰਡੀਆ ਦਾ ਰੁਤਬਾ ਜਿਹੜਾ ਇੰਨਾ ਜ਼ਿਆਦਾ ਮੰਨਦੇ ਆ, ਲੋਕ ਵੀ ਗੋਰੇ ਵੀ ਯਾਰ, ਵਿਦੇਸ਼ਾਂ ਦੀਆਂ ਸੜਕਾਂ 'ਤੇ ਜਦੋਂ ਆਈ ਲਵ ਮਾਈ ਇੰਡੀਆ ਵਾਲੇ ਗੀਤ ਚੱਲਦੇ ਨਾ ਯਾਰ, ਦਿਲ ਨੂੰ ਖੁਸ਼ੀ ਬੜੀ ਹੁੰਦੀ ਆ ਕਿ ਅਸੀਂ ਕਿਹੜੇ ਦੇਸ਼ ਦੇ ਵਿੱਚ ਰਹਿੰਦੇ ਹਾਂ, ਹੈ ਨਾ। ਅਤੇ ਆਹ ਮੁੰਡਾ ਕੀ ਕਹਿੰਦਾ ਆਹ ਸੁਣ ਲਓ, ਪਹਿਲਾਂ ਵੀ 70 ਸਾਲਾਂ 'ਚ ਪਹਿਲੀ ਵਾਰ ਹੋਇਆ ਯਾਰ ਵੀ ਕਦੇ ਵਿਦੇਸ਼ਾਂ ਦੇ ਵਿੱਚ ਝੰਡੇ ਲਹਿਰਾਏ ਗਏ ਨੇ ਅਤੇ ਗਣਤੰਤਰ ਦਿਵਸ ਮਨਾਇਆ ਗਿਆ। ਸੁਣ ਲਓ ਮੁੰਡਾ ਕੀ ਕਹਿੰਦਾ। ਆਜ ਸੇ 50 ਸਾਲ ਪਹਿਲੇ ਕਿਸਨੇ ਸੋਚਾ ਥਾ ਕਿ ਹਾਂ ਨਿਊਯਾਰਕ ਸਿਟੀ ਕੇ ਬੀਚੋ ਬੀਚ ਹਮਾਰੇ। ਕਹਿੰਦਾ 50 ਸਾਲਾਂ ਦੇ ਵਿੱਚ ਕਿਸੇ ਨੇ ਸੋਚਿਆ ਸੀ ਵੀ ਨਿਊਯਾਰਕ ਸਿਟੀ ਦੇ ਵਿੱਚ ਐਂ ਝੰਡੇ ਲਹਿਰਾਏ ਜਾਣਗੇ ਯਾਰ, ਵੱਡੀ ਗੱਲਬਾਤ ਹੈ। ਪਹਿਲਾਂ ਤਾਂ ਜਿੰਨੇ ਵੀ ਇੰਡੀਅਨ ਨੇ ਯਾਰ, ਆਈ ਲਵ ਮਾਈ ਇੰਡੀਆ ਲਿਖ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ ਅਤੇ ਕਮੈਂਟਾਂ 'ਚ ਆਪਦੀ ਰਾਏ ਜ਼ਰੂਰ ਸਾਂਝੀ ਕਰਿਓ ਵੀ ਜਾਂ ਆਹ ਜਿਹੜਾ ਵਿਦੇਸ਼ਾਂ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾਂਦਾ, ਇਹਦੇ ਨਾਲ ਖੁਸ਼ੀ ਕਿਹਨੂੰ ਕਿਹਨੂੰ ਹੁੰਦੀ ਹੈ? ਕਿਉਂਕਿ ਯਾਰ ਜਦੋਂ ਧੱਕ ਪੈਂਦੀ ਹੈ ਨਾ, ਫਿਰ ਧੱਕ ਇਸੇ ਤਰ੍ਹਾਂ ਹੀ ਪੈਂਦੀ ਹੈ ਇੰਡੀਆ ਦੀ, ਕਿਉਂਕਿ ਇੰਡੀਆ ਦਾ ਰੁਤਬਾ ਲੋਹਾ ਜਿਹੜਾ ਹੈ, ਹੋਰ ਦੇਸ਼ ਬੜਾ ਮੰਨਦੇ ਨੇ, ਕਿਉਂਕਿ ਜਦੋਂ ਗੱਲਾਂ ਹੁੰਦੀਆਂ ਦੇਸ਼ ਦੀਆਂ ਤਾਂ ਇੰਡੀਆ ਸਭ ਤੋਂ ਮੂਹਰੇ ਆਉਂਦਾ, ਕਿਉਂਕਿ ਕੁਝ ਗੱਲਾਂ ਖਾਸ ਹੁੰਦੀਆਂ ਨੇ ਕਿਸੇ ਦੇਸ਼ ਦੇ ਵਿੱਚ। ਤਾਂ ਆਪਣੇ ਇੰਡੀਆ ਦਾ ਜਦੋਂ ਧੱਕ ਜਦੋਂ ਵਿਦੇਸ਼ਾਂ ਦੇ ਵਿੱਚ ਪੈਂਦੀ ਆ, ਇੱਦਾਂ ਦੇ ਪ੍ਰੋਗਰਾਮ ਨੇ ਜਿਹੜੇ ਉਹ ਵਿਦੇਸ਼ਾਂ 'ਚ ਕੀਤੇ ਜਾਂਦੇ ਆ। ਹਾਲਾਂਕਿ ਗਣਤੰਤਰ ਦਿਵਸ ਇੰਡੀਆ ਦੇ ਵਿੱਚ ਮਨਾਇਆ ਜਾਂਦਾ ਅਤੇ ਸੰਵਿਧਾਨ ਉਸ ਦਿਨ ਲਾਗੂ ਹੋਇਆ ਸੀ, ਤਾਂ ਪਰ ਵਿਦੇਸ਼ਾਂ ਦੇ ਵਿੱਚ ਗੋਰੇ ਵੀ ਗੋਰੇ ਕਾਲੇ ਜਿਹੜੇ ਨੱਚਦੇ ਝੂਮਦੇ ਨਜ਼ਰ ਆ ਰਹੇ ਨੇ ਇਹਨਾਂ ਵੀਡੀਓ ਦੇ ਵਿੱਚ ਯਾਰ। ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਵਿਦੇਸ਼ਾਂ 'ਚ ਬੈਠੇ ਭਾਰਤੀਆਂ ਦਾ ਵੀ ਜਿਹੜਾ ਪੂਰਾ ਉਤਸ਼ਾਹ ਵੱਧ ਸਕੇ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਧੰਨਵਾਦ।